ਅੱਬਾ ਤੂੰ ਸਾਰੀ ਉਮਰ ਮੈਨੂੰ ਲੜਨ ਚ ਹੀ ਰੱਖਿਆ, ਕਦੇ ਕੋਈ ਕੰਮ ਨਹੀਂ ਕਰਨ ਦਿੱਤਾ, ਨਾ ਕਦੇ ਡੰਗਰ ਚਾਰਨ ਦਿੱਤੇ, ਨਾ ਕਦੇ ਖੇਤਾਂ ਵਿੱਚ ਹਲ ਵਾਹੁਣ ਦਿੱਤਾ। ਤੇਰੇ ਸਮੋਹ ਕਰਕੇ ਨਾ ਮੈਂ ਬੇਪਰਵਾਹ ਹੋ ਕੇ ਆਪਣੇ ਯਾਰਾਂ ਵੇਲੇ ਨਾਲ ਘੁੰਮਦਾ ਰਿਹਾ, ਉੱਥੇ ਵੰਜਲੀ ਵਜਾਉਂਦਾ ਰਿਹਾ ਤੇ ਗਾਉਂਦਾ ਰਿਹਾ। ਮੈਨੂੰ ਤਾਂ ਇਸ ਇਹ ਪਿੰਡ ਆਪਣਾ ਜਾਪਦਾ ਸੀ। ਇੱਥੋਂ ਦੇ ਪੰਛੀ, ਇੱਥੋਂ ਦੇ ਰੁੱਖ, ਇੱਥੋਂ ਦੇ ਲੋਕ ਸਭ ਆਪਣੇ ਜਾਪਦੇ ਸੀ। ਮੇਰੀਆਂ ਭਾਬੀਆਂ, ਮੇਰੀ ਅੰਮੀ ਜਾਈ, ਪਰ ਮੇਰੀ ਅੰਮੀ ਜਾਈ ਅੱਜ ਮੈਨੂੰ ਕਹਿੰਦੀ ਕਿ ਤੂੰ ਵਿਹਲੜ ਹੈ, ਤੇਰੀ ਕਿਸੇ ਨੂੰ ਇੱਥੇ ਕੋਈ ਲੋੜ ਨਹੀਂ। ਇਹ ਬੋਲ ਸੁਣਨ ਤੋਂ ਬਾਅਦ ਸਭ ਪਰਾਇਆ ਹੋ ਗਿਆ। ਮੈਂ ਇੱਥੋਂ ਜਾ ਰਿਹਾ ਉੱਥੇ ਜਿੱਥੇ ਮੇਰੀ ਕਿਸੇ ਨੂੰ ਲੋੜ ਹੋਵੇ, ਜਿੱਥੇ ਮੇਰਾ ਕੋਈ ਆਪਣਾ ਹੋਵੇ। ਮੈਂ ਜਾ ਰਿਹਾ ਉੱਥੇ।